प्रशासन थले कर ली तारी। हेलो हेलो जैक डाउन कर लिया तार 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 जैक डाउन कर जैक डाउन कर ला जैक डाउन कर ला ਜੈਕ ਡਾਊਨ ਕਰ ਚੈੱਕ ਡਾਊਨ ਕਰ ਇਹ ਕਦਮ ਚੁੱਕਣਾ ਕੋਈ ਸ਼ੌਕ ਨਹੀਂ ਸੀ ਹੈਗਾ ਸਾਡਾ ਇਹ ਮਜਬੂਰੀ ਸੀਗੀ ਕਿਉਂ ਕਿਉਂਕਿ ਉੱਥੇ ਬੈਠਿਆਂ ਨੂੰ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਹੀ ਪਰ ਕੁੰਡਲੀ ਤੇ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਅੱਖਾਂ ਬੰਦ ਕਰਕੇ ਬੈਠਾ ਹੋਇਆ ਸੀ ਤੇ ਉਹ ਕੁਛ ਸਾਡੀ ਮਦਦ ਲਈ ਤਿਆਰ ਨਹੀਂ ਸੀ ਹੈਗਾ ਇਸ ਕਰਕੇ ਇਹ ਕਦਮ ਚੱਕਿਆ ਇਹ ਕਦਮ ਚੱਕਣਾ ਬਹੁਤ ਜ਼ਰੂਰੀ ਸੀਗਾ ਕਈ ਵਾਰੀ ਦਿਖਾਇਆ ਹੋਊਗਾ ਕਿ ਪਹਿਲਾਂ ਬਾਰਿਸ਼ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਅਸੀਂ ਜਿਹੜੇ ਅੰਦੋਲਨ ਦੇ ਵਿੱਚ ਸਾਰੇ ਅੰਦੋਲਨਕਾਰੀ ਬੈਠੇ ਨੇ ਸਾਰੇ ਕਿਸਾਨ ਬੈਠੇ ਨੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਅਸੀਂ ਵਾਰ ਵਾਰ ਪ੍ਰਸ਼ਾਸਨ ਨੂੰ ਇਹ ਕਹਿ ਰਹੇ ਸੀ ਕਿ ਸਾਡੀ ਇੱਥੇ ਪ੍ਰਬੰਧ ਕਰੋ ਸੈਨੇਟਾਈਜੇਸ਼ਨ ਦੇ ਸਾਰੀਆਂ ਚੀਜ਼ਾਂ ਦੇ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਰਸਕੀ ਸੰਯੁਕਤ ਮੋਰਚੇ ਵੱਲੋਂ ਸਾਰਿਆਂ ਵੱਲੋਂ ਹੀ ਵਾਰ ਵਾਰ ਕਿਹਾ ਗਿਆ ਇੱਥੇ ਸਾਰਿਆਂ ਨੂੰ ਕਿਹਾ ਗਿਆ ਪਰ ਫਿਰ ਵੀ ਕਿਸੇ ਨੇ ਕੋਈ ਸਾਡੀ ਸੁਣੀ ਨਹੀਂ ਹੈਗੀ ਉਸ ਤੋਂ ਬਾਅਦ ਅੱਜ ਇੱਕ ਵੱਡਾ ਕਦਮ ਚੁੱਕਿਆ ਤੇ ਇਹ ਅੱਜ ਕੁੰਡਲੀ ਪ੍ਰਸ਼ਾਸਨ ਦੇ ਗੇਟ ਅੱਗੇ ਕੂੜਾ ਸਿੱਟਿਆ ਜਾਂ ਇੱਥੋਂ ਗਾਰਬੇਜ ਜਿਹੜਾ ਇਕੱਠਾ ਕੀਤਾ ਹੋਇਆ ਸੀ ਜਿਹਦੇ ਵਿੱਚ ਸਾਨੂੰ ਰਹਿਣ ਲਈ ਮਜਬੂਰ ਹੋਣਾ ਪਿਆ ਉਹ ਅੱਜ ਸਿੱਟਿਆ ਤੇ ਜੇ ਪ੍ਰਸ਼ਾਸਨ ਨਾ ਕੋਈ ਇਹਦੇ ਕੰਨ ਖੁੱਲੇ ਤਾਂ ਕੱਲ੍ਹ ਨੂੰ ਅਸੀਂ DC ਸੋਨੀਪਤ ਦੇ ਅੱਗੇ ਤੋਂ ਵੀ ਵੱਧ ਕੂੜੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਲੈ ਕੇ ਉੱਥੇ ਜਾਵਾਂਗੇ ਤੇ ਉੱਥੇ ਸਿੱਟਾਂਗੇ ਤਾਂ ਕਿ ਇਹਨਾਂ ਨੂੰ ਸਰਕਾਰ ਹਰਿਆਣਾ ਸਰਕਾਰ ਨੂੰ ਮਹਿਸੂਸ ਹੋਵੇ ਕਿ ਹਾਂ ਕਿਸਾਨ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਕਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰ ਰਹੇ ਨੇ।